ਦੀ ਸਟੂਡੈਂਟਸ ਵੈਲਕਮ ਅਗੇਨ ਅੱਜ ਦਾ ਆਪਣਾ ਟਾਪਿਕ ਹੈ ਪ੍ਰਸਤੁਤੀਕਰਨ ਅਧਿਆਪਨ ਵਿਧੀ ਦੀਆਂ ਵਿਸ਼ੇਸ਼ਤਾਵਾਂ ਐਕਸਪੋਜੀਸ਼ਨ ਟੀਚਿੰਗ ਮੈਥਡ ਹੈ ਜਿਹੜਾ ਉਹਦੀਆਂ ਕਿਹੜੀਆਂ-ਕਿਹੜੀਆਂ ਕੈਰੈਕਟਿਸਟਿਕਸ ਨੇ ਸਭ ਤੋਂ ਪਹਿਲਾਂ ਹੈ ਇਸ ਅਧਿਆਪਨ ਵਿਧੀ ਦੇ ਵਿੱਚ ਜਿਹੜਾ ਅਧਿਆਪਨ ਪ੍ਰਕਿਰਿਆ ਦਾ ਸਾਰਾ ਕੰਟਰੋਲ ਹੈ ਮੀਨਿੰਗ ਟੀਚਿੰਗ ਪ੍ਰੋਸੈਸ ਦਾ ਜਿੰਨਾ ਵੀ ਕੰਟਰੋਲ ਆਹੋ ਅਧਿਆਪਕ ਕੋਲ ਹੁੰਦਾ ਹੈ ਤੇ ਜਿਹੜਾ ਅਧਿਆਪਕ ਹੈ ਉਹਨੂੰ ਹੀ ਸਭ ਤੋਂ ਜ਼ਿਆਦਾ ਇਹਦੇ ਵਿੱਚ ਐਕਸਪਰਟ ਮੰਨਿਆ ਜਾਂਦਾ ਹੈ ਅਧਿਆਪਕ ਹੀ ਸਾਰੇ ਟੀਚਿੰਗ ਪ੍ਰੋਸੈਸ ਨੂੰ ਕੰਟਰੋਲ ਕਰਦਾ ਹੈ ਤੇ ਉਹਨੂੰ ਐਕਸਪਰਟ ਵੀ ਮੰਨਿਆ ਜਾਂਦਾ ਕਿਉਂਕਿ ਜਿੰਨੀ ਨੌਲੇਜ ਅਧਿਆਪਕ ਨੂੰ ਹੁੰਦੀ ਉਹਨੀ ਬੱਚਿਆਂ ਨੂੰ ਨਹੀਂ ਹੁੰਦੀ ਇਹ ਜਿਹੜੀ ਵਿਧੀ ਹੈ ਮੇਨ ਜਿਹੜੇ ਥਿਉਰੀ ਸਬਜੈਕਟ ਹੁੰਦੇ ਨੇ ਉਹਨਾਂ ਦੇ ਲਈ ਜ਼ਿਆਦਾ ਹੈਲਪਫੁਲ ਹੈ ਕਿਉਂਕਿ ਇਸੀ ਥਿਉਰੀ ਬਾਰੇ ਹੀ ਜਿਹੜੀ ਪੂਰੀ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਆਹੋ ਦੇਣੀ ਹੁੰਦੀ ਹੈ ਫਿਰ ਇਸ ਵਿਧੀ ਦੀ ਜਿਹੜੀ ਵਰਤੋਂ ਆ ਜ਼ਿਆਦਾ ਜਿਹੜੇ ਹਾਈ ਲੈਵਲ ਦੇ ਕਲਾਸਸ ਨੇ ਮੀਨ ਪਲੱਸ 1 ਪਲੱਸ 2 ਦੇ ਬੱਚੇ ਵੀ ਇਹਦੇ ਵਿੱਚ ਆ ਸਕਦੇ ਆ ਤੇ ਕਾਲਜ ਤੇ ਯੂਨੀਵਰਸਿਟੀ ਲੈਵਲ ਦੇ ਜਿਹੜੇ ਬੱਚੇ ਆ ਉਹਨਾਂ ਦੇ ਲਈ ਇਹਨੂੰ ਜ਼ਿਆਦਾ ਉਪਯੋਗ ਕੀਤਾ ਜਾਂਦਾ ਹੈ ਇਸ ਵਿਧੀ ਦੇ ਵਿੱਚ ਕਿਸੇ ਮਾਹਿਰ ਅਧਿਆਪਕ ਦੁਆਰਾ ਮੀਨਜ਼ ਜਿਹੜੇ ਟੀਚਰ ਐਕਸਪਰਟ ਹੁੰਦੇ ਨੇ ਉਹਨਾਂ ਦੇ ਦੁਆਰਾ ਹੀ ਆਪਣਾ ਜਿਹੜਾ ਪਾਠ ਹੈ ਉਹ ਪੇਸ਼ ਕੀਤਾ ਜਾਂਦਾ ਹੈ ਮੀਨਜ਼ ਇਹ ਕਹੋ ਵੀ ਉਸ ਸਬਜੈਕਟ ਨਾਲ ਨੌਲੇਜ ਰੱਖਣ ਵਾਲਾ ਜਿਹੜਾ ਟੀਚਰ ਹੈ ਇਸ ਵਿਧੀ ਦੇ ਵਿੱਚ ਜਿਹੜਾ ਅਧਿਆਪਕ ਹੈ ਉਹ ਆਪਣਾ ਪਾਠ ਪੇਸ਼ ਕਰਨ ਤੋਂ ਪਹਿਲਾਂ ਪਾਠ ਯੋਜਨਾ ਅਤੇ ਦੁਹਰਾਈ ਦਾ ਕਾਰਜ ਕਰਦਾ ਹੈ ਮੀਨਜ਼ ਸਭ ਤੋਂ ਪਹਿਲਾਂ ਲੈਸਨ ਪਲੈਨਿੰਗ ਬਣਾਈ ਜਾਂਦੀ ਹੈ ਪਾਠ ਨਾਲ ਸੰਬੰਧਿਤ ਯੋਜਨਾ ਤਿਆਰ ਕੀਤੀ ਜਾਂਦੀ ਹੈ ਤੇ ਫਿਰ ਦੁਹਰਾਏ ਦਾ ਜਿਹੜਾ ਕੰਮ ਹੈ ਉਹ ਕੀਤਾ ਜਾਂਦਾ ਹੈ ਇਸ ਵਿਧੀ ਦੀ ਜਿਹੜੀ ਵਰਤੋਂ ਹੈ ਸਿਰਫ ਉਸ ਅਧਿਆਪਕ ਦੁਆਰਾ ਕੀਤੀ ਜਾ ਸਕਦੀ ਹੈ ਜਿਸ ਦੀ ਵਿਸ਼ੇ ਉੱਪਰ ਮਹਾਰਤ ਦੇ ਨਾਲ ਨਾਲ ਭਾਸ਼ਾ ਉੱਪਰ ਵੀ ਮਹਾਰਤ ਹੋਵੇ ਮੀਨਸ ਕਿ ਉਹ ਅਧਿਆਪਕ ਇਹਦੀ ਵਰਤੋਂ ਬੜੇ ਧਿਆਨ ਨਾਲ ਕਰ ਸਕਦਾ ਹੈ ਜੋ ਵਿਸ਼ੇ ਦੇ ਵਿੱਚ ਐਕਸਪਰਟ ਹੈ ਤੇ ਵਿਸ਼ੇ ਦੇ ਨਾਲ ਨਾਲ ਲੈਂਗੁਏਜ ਦੇ ਉੱਪਰ ਵੀ ਜਿਹੜੀ ਉਹਦੀ ਪਕੜ ਹੈ ਉਹ ਹੋਣੀ ਜ਼ਰੂਰੀ ਹੈ ਕਿਉਂਕਿ ਲੈਂਗੁਏਜ ਭਾਵੇਂ ਕੋਈ ਵੀ ਹੈ ਹਿੰਦੀ ਪੰਜਾਬੀ ਇੰਗਲਿਸ਼ ਉਰਦੂ ਬਟ ਉਸ ਭਾਸ਼ਾ ਦੇ ਉੱਪਰ ਜਿਹੜੀ ਪਕੜ ਹੈ ਉਹ ਮਜ਼ਬੂਤ ਹੋਣੀ ਜ਼ਰੂਰੀ ਹੈ ਡੀਅਰ ਸਟੂਡੈਂਟਸ ਇਸੀ ਐਕਸਪੋਜੀਸ਼ਨ ਟੀਚਿੰਗ ਮੈਥਡ ਦੀਆਂ ਕੈਰੈਕਟਰਿਸਟਿਕਸ ਨੈਕਸਟ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਸਟੇजेस ਆਫ ਐਕਸਪੋਜੀਸ਼ਨ ਟੀਚਿੰਗ ਮੈਥਡ ਥੈਂਕਸ ਫਾਰ ਵਾਚਿੰਗ